ਬਾ ਬਾ ਰੋਟੀ ਦਾ ਮਜ਼ਾ ਆਇਆ ਹਾਂਜੀ ਰੋਟੀ ਨੂੰ ਤੁਸੀਂ ਛੱਡੋ ਯਾਰ ਬਿਜਲੀ ਦੇ ਬਿੱਲਾਂ ਦਾ ਕੀ ਆਲਮ ਬਣਿਆ ਆ ਤੇ ਅੱਜ ਜੀ ਅੱਲਾਹ ਹੀ ਮaaf ਕਰੇ ਜੀ ਹਾਂਜੀ ਬਹੁਤ ਜ਼ਿਆਦਾ ਆ ਤੇ ਹਰ ਘਰ ਦਾ ਕੋਈ ਮਿਡਲ ਕਲਾਸ ਘਰ ਆਇਆ ਕੋਈ ਜਿਹੜਾ ਵੀ ਘਰ ਆ ਸਿਸਟਮ ਬੜਾ ਸੋ ਮਾਸ਼ਾਅੱਲਾ ਮਾਸ਼ਾਅੱਲਾ ਕਿੱਡੀ ਸੋਹਣੀ ਗੱਡੀ ਜਾਣ ਰਹੀ ਆ ਹਾਂ ਗੱਡੀਆਂ ਦੀ ਬਾਜੀ ਕਿਹੜੀ ਗੱਲ ਆ ਡੇਲੀ ਬਦਲਦੇ ਆ ਅੱਛਾ ਪਰ ਜ਼ਿੰਦਗੀ 'ਚ ਸਕੂਨ ਨਹੀਂ ਆ ਨੀਂਦ ਨਹੀਂ ਆਉਂਦੀ ਰਾਤ ਨੂੰ ਐਨੀਆਂ ਐਨੀਆਂ ਗੋਲੀਆਂ ਦਾ ਫੱਕਾ ਮਾਰ ਕੇ ਨੀਂਦ ਆਉਂਦੀ ਆ ਜੀ ਕੱਲੀਆਂ ਗੱਡੀਆਂ ਨੂੰ ਕੀ ਕਰਨਾ ਚਾਹੀਓ ਜ਼ਿੰਦਗੀ ਸਕੂਨਨੀ ਐ ਇਸ ਗੱਲ ਦਾ ਕੀ ਮਤਲਬ ਮਤਲਬ ਬੱਸ ਜੀ ਇਨੀਆਂ ਭਾਜੀ ਮੈਂ ਵੇਖਿਆ ਸਵੇਰੇ ਬੈਠੇ ਨੂੰ ਉਹ ਮੁੰਡਾ ਛਾਪਰ ਲਿਆ ਕੇ ਦੇਖ ਗਿਆ ਵਾ ਤੇ ਹਰ ਪਤੇ ਜੋ 2-2 3-3 ਨੂੰ 32 ਗੋਲੀਆਂ ਬਣ ਗਈਆਂ ਹੋਣੀਆਂ ਨਹੀਂ ਤੇ ਭਾਜੀ ਇਹ ਇਹ ਜਿਹੜੀ ਇਹ ਗੱਲ ਕਰ ਰਹੇ ਨੇ ਮੁਜਾਹਦ ਸਾਹਿਬ ਇਹ ਜ਼ਰੂਰੀ ਹੈ ਗੱਲ ਕਿ ਅਗਰ ਉਹ ਹਰ ਰੋਜ਼ ਗੱਡੀ ਬਦਲ ਰਹੇ ਨੇ ਯਾਨੀ ਅੱਲਾਹ ਪਾਕ ਦਾ ਉਹਨਾਂ ਤੇ ਕਰਮ ਹੈ ਉਹਨਾਂ ਕੋ ਪੈਸਾ ਹੈ ਤੇ ਉਹਨਾਂ ਨੂੰ ਹੀ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਜਾਂ ਸਿਰਫ ਉਹ ਹੀ ਨੇ ਜਿਹੜੇ ਪੱਕੇ ਮਾਰ ਰਹੇ ਨੇ ਗੋਲੀਆਂ ਦੇ ਕੀ ਬਿਮਾਰੀ ਜਿਹੜੀ ਹੈ ਉਹ ਮਾੜੇ ਬੰਦੇ ਤੇ ਗਰੀਬ ਤੇ ਬਿਮਾਰੀ ਨਹੀਂ ਹੁੰਦੀ ਨਹੀਂ ਅਸਲ ਚ ਆ ਦੇਖੋ ਨਾ ਹੁਣ ਅਸਲ ਤੇ ਅਸੀਂ ਡੱਕਾ ਲਾ ਰਹੇ ਹਾਂ ਅਸਲ ਜੀ ਡੱਕਾ ਲਾ ਰਹੇ ਹਾਂ ਕਿ ਅਸੀਂ ਜਿੱਲੇ ਆਪਣੇ ਬੱਚੇ ਦੇ ਸਾਹਮਣੇ ਇਹ ਗੱਲ ਕਰਨੀ ਹੈ ਕਿ ਬਈ ਬਿਮਾਰੀਆਂ ਸਾਰੀਆਂ ਅਮੀਰ ਨੂੰ ਹੀ ਹੋਣੀ ਹੈ ਇਹਦਾ ਮਤਲਬ ਹੈ ਇਨਡਾਇਰੈਕਟਲੀ ਅਸੀਂ ਆਪਣੇ ਬੱਚੇ ਨੂੰ ਇਹ ਮੈਸੇਜ ਦੇ ਰਹੇ ਹਾਂ ਕਿ ਤੂੰ ਜ਼ਿੰਦਗੀ 'ਚ ਪੈਸਾ ਨਹੀਂ ਕਮਾਉਣਾ ਹਾਂ ਜਾਂ ਤੂੰ ਜ਼ਿੰਦਗੀ 'ਚ ਅਮੀਰ ਨਹੀਂ ਹੋਣਾ ਜਾਂ ਅਮੀਰ ਲੋਕ ਚੰਗੇ ਨਹੀਂ ਹੁੰਦੇ ਜਾਂ ਜਿਹੜਾ ਕੋ ਬੰਦਾ ਪੈਸਾ ਕਮਾਉਂਦਾ ਆ ਉਹ ਜਿਹੜਾ ਸਾਡੇ ਜੁਮਲਾ ਆ ਕਿ ਜੀ ਇਹ ਹਰਾਮ ਦੀ ਕਮਾਈ ਨਾਲ ਹੀ ਬਣਦਾ ਆ ਹਲਾਲ ਦੀ ਕਮਾਈ ਨਾਲ ਕਿੱਥੋਂ ਬਣਦਾ ਹੈ ਮੈਂ ਸਾਰੀ ਦੁਨੀਆ ਪੂਰਾ ਪਾਕਿਸਤਾਨ ਜਾਂ ਪੂਰੀ ਵਰਲਡ ਜਿਹੜੀ ਹੈ ਉਹ ਪੂਰੀ ਵਰਲਡ ਕਿਤੇ ਹਰਾਮ ਦੀ ਕਮਾਈ ਕਰਕੇ ਅਮੀਰ ਹੋਏ ਲੋਕ ਨੇ ਤੇ ਨਾਲੇ ਵੀ ਬਿਮਾਰੀ ਨੂੰ ਇਸ ਗੱਲ ਦਾ ਕੀ ਪਤਾ ਹੈ ਕਿ ਭਈ ਮੈਂ ਅਮੀਰ ਨੂੰ ਲੱਗਣਾ ਹੈ ਗਰੀਬ ਨੂੰ ਲੱਗਣਾ ਆ ਤੁਸੀਂ ਜਾ ਕੇ ਦਿਲ ਵਾਲੇ ਹਸਪਤਾਲ ਦੇਖੋ ਜਿਹੜੇ ਜਿਨ੍ਹਾਂ ਨੂੰ ਮੁਫਤ ਦਵਾਈਆਂ ਮਿਲ ਰਹੀਆਂ ਆ ਉਹ ਲਾਈਨਾਂ ਜਿਹੜੀ ਵੱਡੀਆਂ ਲੱਗੀਆਂ ਰਾਤ ਨੂੰ ਸਿਵਲ ਚ ਅਲਾਈਡ ਚ ਵੱਡੇ ਵੱਡੇ ਹਸਪੀਟਲਸ ਜਾ ਕੇ ਦੇਖੋ ਲੋਕਾਂ ਦੀਆਂ ਲਾਈਨਾਂ ਲੱਗੀਆਂ ਲੋਕ ਬਾਰ ਸੁੱਤੇ ਹੋਏ ਅਮੀਰ ਲੋਕ ਸੁੱਤੇ ਮਤਲਬ ਕਿ ਇਸ ਗੱਲ ਦਾ ਕੀ ਤਾਲੁਕ ਆ ਇਸ ਗੱਲ ਨਾਲ ਕਿ ਬਈ ਅਮੀਰ ਬੰਦੇ ਆ ਤੇ ਅਮੀਰ ਬੰਦਿਆਂ ਨੇ ਹੀ ਗੋਲੀਆਂ ਖਾਣੀਆਂ ਤੇ ਗਰੀਬ ਬੰਦਾ ਗੋਲੀ ਨਹੀਂ ਖਾਂਦਾ ਹਾਂਜੀ ਕੈਂਸਰ ਤੇ ਕਦੀ ਅਜੇ ਤੱਕ ਇਹ ਦੱਸ ਕੇ ਨਹੀਂ ਹੋਇਆ ਕਿ ਬਈ ਤੂੰ ਅਮੀਰ ਆ ਤੇ ਤੈਨੂੰ ਮੈਂ ਹੋਣਾ ਵਾ ਗਰੀਬ ਨੂੰ ਨਹੀਂ ਆ ਜਾਂ ਹਾਰਟ ਅਟੈਕ ਆ ਤੇ ਉਹ ਸਿਰਫ ਅਮੀਰ ਨੂੰ ਹੋ ਰਿਹਾ ਬਿਲਕੁਲ ਸਹੀ ਗੱਲ ਹੈ ਹਸਪਤਾਲਾਂ ਚ ਜਾਓ ਤੇ ਤੁਸੀਂ ਉੱਥੇ ਤਫਰੀਕ ਕਰ ਹੀ ਨਹੀਂ ਸਕਦੇ ਉੱਥੇ ਮੋੜਿਆ ਨਾ ਵੀ ਭਰੇ ਪਏ ਨੇ ਉੱਥੇ ਚੰਗਿਆ ਨਾ ਵੀ ਭਰੇ ਪਏ ਨੇ ਬਲਕਿ ਭਾਜੀ ਮੈਨੂੰ ਤੇ ਇਦਾਂ ਲੱਗਦਾ ਹੈ ਕਿ ਇਸ ਤਰ੍ਹਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਬੱਚਿਆਂ ਨੂੰ 네ਗੇਟਿਵਲੀ ਫੀਡ ਨਾ ਕਰੋ ਬੱਚਿਆਂ ਨੂੰ ਮੋਟੀਵੇਸ਼ਨ ਦਿਓ ਕਿ ਇਹ ਅੱਛੀ ਚੀਜ਼ ਏ ਇਹ ਅੱਲਾਹ ਪਾਕ ਦੀ ਨੇਮਤ ਏ ਇਹ ਦੇ ਨਾਲ ਤੁਸੀਂ ਜ਼ਿੰਦਗੀ ਦੀਆਂ ਦੁਨੀਆ ਦੀਆਂ ਬਹੁਤ ਸਾਰੀਆਂ ਅੱਛੀਆਂ ਪਿਆਰੀਆਂ ਸਹੂਲਤਾਂ ਲੈ ਸਕਦੇ ਹੋ ਮਤਲਬ ਤੁਸੀਂ ਦੇਖ ਲਓ ਇਲਾਜ ਤੋਂ ਹੀ ਅਗਰ ਅਸੀਂ ਗੱਲ ਸ਼ੁਰੂ ਕਰੀਏ ਤੇ ਜਿਹੜਾ ਹਸਪੀਟਲ 'ਚ ਇੱਕ ਤੁਸੀਂ ਦੇਖੋ ਕਿਸੇ ਵੀ ਗਵਰਨਮੈਂਟ ਹਸਪੀਟਲ ਦਾ ਜੋ ਹਾਲ ਆ ਮੇਰੇ ਖਿਆਲ ਸਾਨੂੰ ਦੱਸਣ ਦੀ ਤਾਂ ਜ਼ਰੂਰਤ ਨਹੀਂ ਹੈਗੀ ਸਭ ਨੂੰ ਪਤਾ ਉੱਥੇ ਕੀ ਸੀ ਨੂੰ ਹੁੰਦਾ ਉਹਦੇ ਮੁਕਾਬਲੇ ਤੇ ਇੱਕ ਬੰਦਾ ਜਿਹੜਾ ਅੱਛਾ ਇਲਾਜ ਅਫੋਰਡ ਕਰਦਾ ਹੈ ਜ਼ਾਹਿਰ ਉਹ ਇੱਕ ਅੱਛੀ ਸਹੂਲਤ ਲੈ ਸਕਦਾ ਹੈ ਉਹ ਅੱਛੇ ਡਾਕਟਰ ਦੀ ਕੰਸਲਟੇਸ਼ਨ ਲੈ ਸਕਦਾ ਹੈ ਉਹ ਅਗਰ ਕਿਸੇ ਵਾਰਡ ਚ ਐਡਮਿਟ ਹੈ ਤਾਂ ਉਹਨੂੰ ਉੱਥੇ ਹੋ ਸਕਦਾ ਹੈ ਏਸੀ ਦੀ ਸਹੂਲਤ ਵੀ ਮਿਆਸਰ ਹੋਵੇ ਅਗਰ ਉਹਦੇ ਕੋਲ ਪੈਸਾ ਹੈ ਉਹਦੇ ਮੁਕਾਬਲੇ ਤੇ ਤੁਸੀਂ ਦੇਖਦੇ ਹੋ ਨਾ ਜਿਹੜੇ ਗਰੀਬ ਸਾਡਾ ਤਬਕਾ ਹੈ ਮਾੜਾ ਬੰਦਾ ਵਿਚਾਰਾ ਉਹਨੂੰ ਤਾਂ ਸਿਰਫ ਹਸਪਤਾਲਾਂ ਚ ਵੀ ਤਾਂ ਕਈ ਧੱਕੇ ਨੇ ਆ ਹੁਣ ਗੱਡੀ ਵਾਲੇ ਦੀ ਮਿਸਾਲ ਲਓ ਇਹ ਗੱਡੀ ਚ ਜਾਣ ਡਿਆ ਹੈ ਹਾਂਜੀ ਉਹਦੇ ਨਿਸ਼ਬਤ ਆ ਮਜ਼ਦੂਰ ਲੱਗੇ ਸਾਹਮਣੇ ਗਰਮੀ ਹੈ شدید ਸੂ ਉਹ ਪਸੀਨੇ برداشت ਕਰ ਰਹੇ ਨੇ ਲੇਕਿਨ ਉਹਨੂੰ ਅੱਲਾ ਪਾਕ ਨੇ ਏਸੀ ਦਿੱਤਾ ਆ ਉਹਨੂੰ ਗੱਡੀ ਵੀ ਦਿੱਤੀ ਆ ਉਸ ਸਹੂਲਤ ਨੂੰ ਇੰਜੋਏ ਕਰਦੇ ਜਾਣ ਤੇ ਭਾਜੀ ਇਹ ਤਾਂ ਕਰਮ ਦੀ ਵੀ ਤਾਂ ਗੱਲ ਹੈਗੀ ਨਾ ਹਾਂ ਨਾ ਤੁਸਾਨੂੰ ਬਿਲਕੁਲ ਵੀ ਮੈਂ ਇਹ ਮੇਰੀ ਮੈਂ ਪੂਰੀ ਆਪਣੀ ਲਾਈਫ 'ਚ ਦੇਖਿਆ ਅਗਰ ਤੁਹਾਡੇ ਖਾਨਦਾਨ 'ਚ ਕੋਈ ਬੰਦਾ ਬਹੁਤ ਜ਼ਿਆਦਾ ਅਮੀਰ ਹੁੰਦਾ ਹੈ ਅੱਲਾ ਪਾਕ ਅਗਰ ਉਹਤੇ ਰਹਿਮਤ ਕਰ ਦਿੰਦਾ ਹੈ ਉਹਦੇ ਕੋ ਰਿਜ਼ਕ ਦੀ ਅਗਰ ਫਰਾਵਾਨੀ ਹੁੰਦੀ ਹੈ ਤੇ ਬਹੁਤ ਸਾਰੇ ਲੋਕ ਮੈਂ ਐਸੇ ਦੇਖੇ ਜਿਨ੍ਹਾਂ ਲੋਕਾਂ ਨੇ ਉਹਨਾਂ ਨਾਲ ਉਸ ਬੰਦੇ ਨਾਲ ਜ਼ਿੰਦਗੀ 'ਚ ਗੱਲ ਨਹੀਂ ਕੀਤੀ ਉਹਦੇ باوجود ਉਹਦੇ ਮੁਖਾਲਫ ਨੇ ਉਸ ਬੰਦੇ ਦਾ ਮੁਜਾਹਦ ਸਾਹਿਬ ਇੱਕ ਬੰਦਾ ਤਕੜਾ ਹੈ ਖਾਨਦਾਨ ਚ ਮੇਰੇ ਨਾਲ ਉਹਦਾ ਕੋਈ ਮਾਮਲਾ ਨਹੀਂ ਹੋਇਆ ਨਾ ਉਹਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਹੈ ਨਾ ਉਹਨੇ ਮੇਰੇ ਨਾਲ ਅਜੇ ਤੱਕ ਕੋ ਗਲਤ ਗੱਲ ਕੀਤੀ ਹੈ ਉਹਦੇ باوجود ਵੀ ਮੈਂ ਅੰਦਰੋਂ ਉਹਦਾ ਦੁਸ਼ਮਣ ਬਣ ਕੇ ਬੈਠਾ ਹਾਂ ਮੈਂ ਉਹਦੇ ਬਾਰੇ ਵਿੱਚ ਸਿੱਧੇ ਵਿਚਾਰ ਨਹੀਂ ਰੱਖ ਰਿਹਾ ਮੈਂ ਆਪਣੇ ਵਿਹੜੇ 'ਚ ਬਹਿ ਕੇ ਉਸ ਬੰਦੇ ਦੇ ਖਿਲਾਫ ਗੱਲਾਂ ਕਰਦਾ ਆ ਕਿ ਉਸ ਬੰਦੇ ਦੇ ਖਿਲਾਫ ਜਿਹਦਾ ਕਸੂਰ ਸਿਰਫ ਇਹਨਾਂ ਆ ਕਿ ਅੱਲਾਹ ਪਾਕ ਨੇ ਉਹਨੂੰ ਰਜ਼ਕ ਦਿੱਤਾ ਬਸ ਉਹਨੇ ਤੁਹਾਡੇ ਨਾਲ ਕੋਈ ਵਾਦਾ ਨਹੀਂ ਘਾਟਾ ਨਹੀਂ ਕੀਤਾ ਉਹਦੇ ਬਾਅਦ ਤੁਸੀਂ ਇਹ ਕੀ ਕਰ ਰਹੇ ਆਂ ਅਗਰ ਤੁਹਾਡੇ 4 5 6 ਬੱਚੇ ਆ ਤੁਸੀਂ ਆਪਣੇ ਬੱਚਿਆਂ ਦੇ ਸਾਹਮਣੇ ਜਿਹੜੇ ਜੁਮਲੇ ਕਹੋਗੇ ਦਾ ਮਤਲਬ ਉਹ 4 5 6 ਬੱਚਿਆਂ ਨੇ ਵੀ ਸਮਝਣਾ ਸ਼ੁਰੂ ਕਰਤਾ ਕਿ ਜਿਹੜੇ ਬੰਦੇ ਨੂੰ ਮੇਰਾ ਅੱਬੂ ਗਲਤ ਕਹਿ ਰਿਹਾ ਹੈ ਅਸਲ 'ਚ ਉਹ ਫਿਰ ਉਹ ਗਲਤ ਬੰਦਾ ਹੀ ਹੈ ਹਾਂਜੀ ਹਾਲਾਂਕਿ ਉਹਦਾ ਤੁਹਾਡੇ ਨਾਲ ਮਾਮਲਾ ਹੀ ਕੋਈ ਨਹੀਂ ਐਗਜ਼ੈਕਟਲੀ ਨਾ ਤੁਹਾਨੂੰ ਉਹਨੇ ਅਜੇ ਤੱਕ ਤਕਲੀਫ ਦਿੱਤੀ ਹੈ ਨਾ ਤੁਹਾਡਾ ਕੋਈ ਨੁਕਸਾਨ ਕੀਤਾ ਹੈ ਉਹਦੇ باوجود ਅੱਲਾਹ ਵਾਸਤੇ ਦਾ ਤੁਸੀਂ ਵੈਰ ਰੱਖਿਆ ਹੈ ਉਹਦੇ ਨਾਲ ਅੱਛਾ ਇਹ ਨਹੀਂ ਮੁਮਕਿਨ ਹੈਗਾ ਕਿ ਤੁਸੀਂ ਆਪਣੇ ਬੱਚੇ ਨੂੰ ਇਹ ਗੱਲ ਕਹੋ ਕਿ ਬੇਟੇ ਉਹ ਦੇਖ ਆਪਣਾ ਰਿਸ਼ਤੇਦਾਰ ਇਹਨਾਂ ਦੇ ਅੱਬੂ ਗਰੀਬ ਆਦਮੀ ਸੀਗੇ ਇਹਨਾਂ ਦੋ ਤਿੰਨਾਂ ਚੌਪ ਭਰਾਵਾਂ ਨੇ ਮਿਹਨਤਾਂ ਕੀਤੀਆਂ ਅੱਜ ਮਿਹਨਤਾਂ ਕਰਕੇ ਉੱਥੇ ਪਹੁੰਚ ਗਏ ਜਿਹੜੇ ਰਾਤ ਇਹ ਲੋਕ ਤੁਰੇ ਨੇ ਨਾ ਤੁਹਾਡੇ ਸਾਹਮਣੇ ਇੱਕ ਮਾਮਲਾ ਆ ਤੁਸੀਂ ਵੀ ਉਸੇ ਰਾਤ ਤੁਰ ਕੇ ਤੇ ਅਸੀਂ ਕੱਲ ਨੂੰ ਪੁੱਤ ਮੈਂ ਵੀ ਦੇਖਾਂ ਕਿ ਤੁਸੀਂ ਮੇਰੇ ਸਾਹਮਣੇ ਇੰਜ ਗੱਡੀਆਂ 'ਚ ਫਿਰਦੇ ਹੋ ਐ ਨਹੀਂ ਤੁਸੀਂ ਕਰ ਸਕਦੇ ਕਿ ਇੱਕ ਬੰਦ ਮਤਲਬ ਕਾਮਯਾਬ ਬੰਦੇ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਲਓ ਲੇਕਿਨ ਉਹ ਕਾਮਯਾਬ ਬੰਦਾ ਆ ਕਿਸੇ ਫੌਤਗੀ ਤੇ ਕਿਸੇ شادی ਤੇ ਅਸ ਬੈਠੇ ਆ ਉਹ ਕਾਮਯਾਬ ਬੰਦਾ ਅੰਦਰ ਵੜੇਗਾ 36 ਬੰਦਿਆਂ ਦੇ ਅੱਲਾ ਵਾਸਤੇ ਦੇ ਮੂੰਹ ਬਣ ਜਾਂਦੇ ਆ ਹਾਂਜੀ ਉਹਨਾਂ ਨੂੰ ਅੱਲਾ ਵਾਸਤੇ ਦਾ ਵੈਰ ਆ ਬਗੈਰ ਕਿਸੇ ਵਜ੍ਹਾ ਤੋਂ ਉਹਨਾਂ ਨੂੰ ਗੁੱਸਾ ਚੜ ਰਿਹਾ ਹੈ ਬਗੈਰ ਕਿਸੇ ਵਜ੍ਹਾ ਤੋਂ ਉਹਦੇ ਦੁਸ਼ਮਣ ਹੋਏ ਆ ਤਾਂ ਉਹਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਵਾਹ ਜੀ ਵਾਹ ਇਸ ਵਾਸਤੇ ਬਜਾਏ ਇਸ ਦੇ ਕਿ ਅੱਲਾਹ ਪਾਕ ਨੇ ਜਿਸ ਬੰਦੇ ਨੂੰ ਰਿਜ਼ਕ ਦਿੱਤਾ ਆ ਉਹਦੇ ਬਜਾਏ ਉਹਦੇ ਵਾਸਤੇ ਨੈਗੇਟਿਵ ਸੋਚਣ ਦੇ ਉਹਦੇ ਬਾਰੇ ਚ ਅੱਛਾ ਵਿਚਾਰ ਕਰੋ ਐਗਜ਼ੈਕਟਲੀ ਤੇ ਅੱਲਾ ਨੇ ਉਹਨੂੰ ਕਿੱਡਾ ਅੱਛਾ ਵਿਚਾਰ ਦਿੱਤਾ ਹੈ ਕਿ ਜਿਹੜਾ ਸਾਡਾ ਸਖਾਵਤ ਦਾ ਪਹਿਲੂ ਹੈ ਤੁਸੀਂ ਦੇਖੋ ਉਹ ਵੀ ਤੇ ਅੱਲਾ ਪਾਕ ਨੇ ਇੱਥੋਂ ਹੀ ਸ਼ੁਰੂ ਕੀਤਾ ਪੁਜਾਰ ਸਾਹਿਬ ਉਸੇ ਹੀ ਰਸਤੇ ਨਿਕਲਦਾ ਹੈ ਨਾ ਜਿਹੜਾ ਅਸੀਂ ਦੇਖਦੇ ਆ ਏਡੇ ਏਡੇ ਵੱਡੇ ਇੰਸਟੀਚਿਊਟ ਚੱਲ ਰਹੇ ਨੇ ਏਡੇ ਏਡੇ ਵੱਡੇ ਚੈਰਿਟੀ ਸੈਂਟਰ ਚੱਲ ਰਹੇ ਨੇ ਲੱਖਾਂ ਲੋਕਾਂ ਦਾ ਲੰਗਰ ਚੱਲ ਰਿਹਾ ਹੈ ਬਹੁਤ ਸਾਰੇ ਹਸਪੀਟਲਸ ਚੈਰਿਟੀ ਤੇ ਚੱਲ ਰਹੇ ਨੇ ਅੱਲਾ ਨੇ ਉਹ ਸਾਰੇ ਸਦਕੇ ਦਾ ਉਹ ਸਾਰੀ ਇਨਸਾਨੀਅਤ ਦੀ ਖidmat ਦਾ ਸੇਰਾ ਜਿਹੜਾ ਉਹ ਇਹਨਾਂ ਹੀ ਬੰਦਿਆਂ ਦੇ ਸਿਰ ਰੱਖਿਆ ਹੈ ਬਹੁਤ ਸਾਰੇ ਲੋਕਾਂ ਨੂੰ ਭਾਜੀ ਜਾਣਦੇ ਨੇ ਜਿਹੜੇ ਬਿਲੀਨੀਅਰਸ ਨੇ ਅਰਬਪਤੀ ਨੇ ਲੇਕਿਨ ਉਹ ਅੰਦਰ ਖਾਤੇ ਇਹਨਾਂ ਇਹਨਾਂ ਕੁਝ ਕਰਨ ਡੇ ਹੁੰਦੇ ਆਪਾਂ ਲਾਈਟ ਹਸਪੀਟਲ ਦਾ ਉਹ ਮੰਜ਼ਰ ਹੀ ਤੁਸੀਂ ਦੇਖ ਲਓ ਸਵੇਰ ਹੁੰਦੀ ਏ ਇੱਕ ਬ੍ਰਾਂਡ ਹੈ ਜੀ ਜੀ ਉਸ ਬ੍ਰਾਂਡ ਦੀ ਇੱਕ ਗੱਡੀ ਆਉਂਦੀ ਏ ਐਲਜੀ ਦੀ ਐਲਜੀ ਦੀ ਐਲਜੀ ਬ੍ਰਾਂਡ ਜਿਹੜਾ ਇਲੈਕਟ੍ਰੋਨਿਕਸ ਦਾ ਸਾਡੇ ਅੱਬੂ ਜੀ ਜਦੋਂ ਉੱਥੇ ਸੀ ਤੇ ਸੂਬਾ ਨੂੰ ਉਹ ਆਣਾ ਜੀ ਉਹਨਾਂ ਨੇ ਇੱਕ ਕਾਊਂਟਰ ਬਣਾਇਆ ਹੈ ਉਹਦੇ ਅੰਦਰ ਬੜੀ ਅੱਛੀ ਦਾਲ ਜਾਂ ਚਿਕਨ ਹਰ ਰੋਜ਼ ਦਾ ਮੀਨੂ ਚੇਂਜ ਹੁੰਦਾ ਨਾਲ ਉਬਲੇ ਹੋਏ ਦੋ ਅੰਡੇ ਦੋ ਹਲਕੇ ਫੁਲਕੇ ਜੇ ਫੁਲਕੇ ਟਾਈਪ ਦੀਆਂ ਰੋਟੀਆਂ ਨਾਲ ਹੁਣ ਤੇ ਉਦੋਂ ਮਤਲਬ ਕੋਈ ਗੱਲ ਹੈਗੀ ਆ 10 12 ਸਾਲ ਪਹਿਲੇ ਦੀ ਬਟ ਆਈ ਰਿਮੈਂਬਰ ਕਿ ਉਦੋਂ ਵੀ ਜਦੋਂ ਆਂਦੀ ਸੀ ਨਾ ਸਵੇਰੇ ਸਵੇਰੇ ਨਾਸ਼ਤਾ ਲੈ ਕੇ ਤੇ ਦਿਲ ਚ ਇੰਨੀਆਂ ਤੁਹਾਡੇ ਦੁਆਵਾਂ ਨਿਕਲਦੀਆਂ ਮਜਬੂਰ ਲੋਕ ਬੈਠੇ ਹੁੰਦੇ ਸਾਰੇ ਬਾਹਰੋਂ ਕਿਨੇ ਜਾਣਾ ਘਰੋਂ ਕਿਨੇ ਰੋਟੀ ਲੈ ਕੇ ਆਣੀ ਤੇ ਇਸ ਤਰ੍ਹਾਂ ਇਦੀ ਸਾਹਿਬ ਦੀ ਮਿਸਾਲ ਤੁਸੀਂ ਲੈ ਲਓ ਉਹ ਬੰਦਾ ਜਿਹਨੇ ساری ਜ਼ਿੰਦਗੀ ਖੁਦ ਨੁਮਾਈ ਨਹੀਂ ਕੀਤੀ ਨਮਾਇਸ਼ ਨਹੀਂ ਕੀਤੀ ਲੇਕਿਨ ਤੁਸੀਂ ਮਿਸਾਲ ਦੇ ਦਿਓ ਮੈਨੂੰ ਕਰੰਟ ਦੁਨੀਆ ਚ ਇਦੀ ਸਾਹਿਬ ਜਿੱਡਾ ਕਦਾਵਰ ਬੰਦਾ ਪੂਰੀ ਦੁਨੀਆ ਚ ਦੁਨੀਆ ਦੀ ਸਭ ਤੋਂ ਵੱਡੀ ਐਂਬੂਲੈਂਸ ਸਰਵਿਸ ਲੇਕਿਨ ਬਣਾਈ ਕਿੱਥੋਂ ਅਗੇਨ ਬਣਾਈ ਪੈਸੇ ਤੋਂ ਹੀ ਹਾਂ ਯੈਸ ਪੈਸਾ ਨੀਅਤ ਨਾਲ ਵੱਡੇ ਕਿਰਦਾਰ ਨਾਲ ਵੱਡੇ ਕੈਰੇਕਟਰ ਨਾਲ ਲੇਕਿਨ ਇਸਤੇਮਾਲ ਪੈਸਾ ਹੀ ਹੋਇਆ ਉਹ ਕਹਿੰਦੇ ਸੀ ਪੈਂਕੀ ਇਹ ਮਤਝੂਲੇ ਮੇ ਡਾਲ ਦਿਜੀਏ ਉਠਾ ਉਠਾ ਕੇ ਬੱਚੇ ਵੱਡੇ ਕੀਤੇ ਜਵਾਨ ਕੀਤੇ ਧੀਆਂ ਦੀਆਂ ਸ਼ਾਦੀਆਂ ਕੀਤੀਆਂ ਡਾਕਟਰ ਇੰਜੀਨੀਅਰ ਤੇ ਫੈਸ਼ਨ ਡਿਜ਼ਾਈਨਰ ਬਣ ਗਏ ਸੋਰਸ ਜਿਹੜਾ ਵਾ ਉਹ ਮੋਟੀਵੇਸ਼ਨ ਉਹ ਨੇਕ ਨੀਅਤੀ ਵੱਡਾ ਕਿਰਦਾਰ ਸਖਾਵਤ ਤੇ ਸਖਾਵਤ ਫਿਰ ਜਨਰੇਟ ਕਿੱਥੋਂ ਹੋਈ ਅੱਲਾਹ ਪਾਕ ਨੇ ਸੋਰਸ ਉਹਦਾ ਪੈਸਾ ਹੀ ਰੱਖਿਆ ਹੈ ਇਸ ਲਈ ਇਹ ਵੀ ਜ਼ਰੂਰੀ ਨਹੀਂ ਹੈਗਾ ਅਗਰ ਹਲਾਲ ਦਾ ਹੈ ਭਾਜੀ ਫਿਰ ਤੇ ਇਹ ਜਿਹੜੀ ਨੇਮਤ ਹੀ ਕੋਈ ਨਹੀਂ ਹੈਗੀ ਬਿਲਕੁਲ 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 ਕਾਮਯਾਬ ਲੋਗਾਂ ਨੂੰ ਦੇਖ ਕੇ ਆਪਣੇ ਬੱਚਿਆਂ ਨੂੰ ਮੋਟੀਵੇਟ ਕਰੋ ਆਪਣੇ ਬੱਚਿਆਂ ਨੂੰ ਸਮਝਾਓ ਕਿ ਬਈ ਇਹ ਕਾਮਯਾਬ ਲੋਗ ਨੇ ਤੁਸੀਂ ਕੋਠੀਆਂ ਅੱਗੇ ਲੰਘ ਰਹੇ ਹੁੰਦੇ ਕੋਠੀਆਂ ਅੱਗੇ ਲਾਈਨਾਂ ਲੱਗੀਆਂ ਹੁੰਦੀਆਂ ਲੋਕਾਂ ਦੀਆਂ ਇਹ ਉਹ ਲੋਗ ਨੇ ਜਿਨ੍ਹਾਂ ਦਾ ਨਜ਼ਰ ਆ ਰਿਹਾ ਹੈ ਮੈਂ ਐਸੇ ਬਹੁਤ ਸਾਰੇ ਅੱਲਾ ਪਾਕ ਦੇ ਨੇਕ ਬੰਦਿਆਂ ਨੂੰ ਜਾਣਦਾ ਆ ਜਿਹੜੇ ਅਰਬਾਂ ਖਰਬਾਂ ਪਤੀ ਨੇ ਤੇ ਉਹ ਪਤਾ ਨਹੀਂ ਲੱਗਣ ਦਿੰਦੇ ਤੇ ਉਹਨਾਂ ਨੇ 10 10 20 20 30 30 50 50 ਘਰਾਂ 'ਚ ਮਹਾਨਾ ਉਹਨਾਂ ਦਾ ਰਾਸ਼ਨ ਜਾਂਦਾ ਹਾਏ ਅੱਲਾ ਪਾਕ ਨੇ ਰਜ਼ਕ ਦਿੱਤਾ ਤੇ ਜਾਂਦਾ ਹੈ ਨਾ ਇਸ ਵਾਸਤੇ ਉਹ ਲੋਕਾਂ ਵਾਸਤੇ ਕਿਸੇ ਤਰ੍ਹਾਂ ਰਹਿਮਤ ਅਗਰ ਹੁੰਦੀ ਹੈ ਤੇ ਉਹਦੇ ਬਾਰੇ 'ਚ ਬਿਲਕੁਲ ਨੈਗੇਟਿਵਿਟੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਉਹਦੇ ਨਾਲ ਵੀ ਮੁਹੱਬਤ ਵਾਲਾ ਮਾਮਲਾ ਹੋਣਾ ਚਾਹੀਦਾ ਹੈ ਔਰ ਅੱਲਾ ਵਾਸਤੇ ਦਾ ਉਹਦੇ ਨਾਲ ਵੈਰ ਨਹੀਂ ਹੋਣਾ ਚਾਹੀਦਾ ਕੋਈ ਅੱਛੀ ਗੱਡੀ ਲੰਘ ਰਹੀ ਹੈ ਕੋਈ ਅੱਛਾ ਘਰ ਬਣਿਆ ਹੈ ਤੇ ਉਹਦੇ ਵਾਸਤੇ ਤੁਸੀਂ ਉਹਨੂੰ ਦੇਖ ਕੇ ਖੁਸ਼ ਹੋਵੋ ਦੁਆ ਕਰੋ ਮਾਸ਼ਾਅੱਲਾ ਕਹੋ ਮਾਸ਼ਾਅੱੱਲਾ ਕਹੋ ਤੇ ਆਪਣੇ ਮੰਜੇ ਥੱਲੇ ਸੋਟੀ ਫੇਰੋ ਕਿ ਆਇਆ ਕਿ ਉਹ ਜਿਹੜੇ ਬਜ਼ੁਰਗ ਦੇ ਬੱਚੇ ਨੇ ਉਸ ਬਜ਼ੁਰਗ ਨੇ ਆਪਣੇ ਬੱਚਿਆਂ ਦੀ ਕਿੱਦਾਂ ਪਰਵਰਿਸ਼ ਕੀਤੀ ਜਿਵੇਂ ਮੈਂ ਬਿਲਕੁਲ ਛੋਟਾ ਜਿਹਾ ਸੀਗਾ ਸਾਡੇ ਇਲਾਕੇ 'ਚ ਮੈਂ ਉਸ ਇਲਾਕੇ ਦਾ ਨਾਮ ਲੈਣਾ ਉੱਥੇ ਰਹਿਣ ਵਾਲੇ ਸਮਝ ਜਾਣਗੇ ਜ਼ਿਲ੍ਹਾ ਸੰਗੜ ਇੱਕ ਛੋਟਾ ਜਿਹਾ ਕਸਬਾ ਜਿਹਦਾ ਨਾਮ ਪੀਰੂਮਲਸੀ ਤੇ ਉਸ ਸ਼ਹਿਰ ਚ ਸਾਡੇ ਘਰ ਤੋਂ ਤਿੰਨ ਚਾਰ ਘਰ ਪਿੱਛੇ ਇੱਕ ਘਰ ਨਹੀਂ ਸੀ ਉਹ ਇੱਕ ਮੈਦਾਨ ਸੀ 10 ਕਮਰਲੇ ਦਾ 10 ਕਮਰਲੇ ਦਾ ਮੈਦਾਨ ਉੱਚ ਚਾਰ ਲੱਕੜੀਆਂ ਗੱਡ ਕੇ ਉੱਤੇ ਛਾਪੇ ਪਾਏ ਸੀ ਤੇ ਉਸ ਛਾਪੇ ਦੇ ਆਸ-ਪਾਸੇ ਉਹ ਝੁੱਗੀ ਦੇ ਦੀਵਾਰ ਨਹੀਂ ਸੀ ਉਸ ਬੰਦੇ ਦਾ ਨਾਂ ਸੀ ਡਾਕਟਰ ਹਸਨ ਡਾਕਟਰ ਹਸਨ ਇੱਕ ਹਕੀਮ ਪਲੱਸ ਡਾਕਟਰ ਆਦਮੀ ਸੀਗਾ ਪੁਰਾਣੇ ਲੈਵਲ ਦਾ ਲੇਕਿਨ ਇਸ਼ਫਾਕ ਸਾਹਿਬ ਤੁਸੀਂ ਇੱਕ ਗੱਲ ਚੈੱਕ ਕਰੋ ਕਦੀ ਉਹ ਆਪਣੇ ਬੱਚਿਆਂ ਦੇ ਦਾਖਲੇ ਵਾਸਤੇ ਅੱਬੂ ਕੋ ਪੈਸੇ ਲੈਂਦੇ ਸੀ ਕਦੀ ਚਾਚਾ ਜੀ ਕੋ ਲੈਂਦੇ ਸੀ ਕਦੀ ਉਸ ਇਲਾਕੇ 'ਚ ਇੱਕ ਡਾਕਟਰ ਸਾਹਿਬ ਸੀਗੇ ਡਾਕਟਰ ਅਸ਼ਰਫ ਸਾਹਿਬ ਕਦੀ ਉਹ ਉਹਨਾਂ ਕੋ ਪੈਸੇ ਲੈਂਦੇ ਸੀ ਲੇਕਿਨ ਆਪਣੇ ਬੱਚਿਆਂ ਨੂੰ ਉਹਨਾਂ ਨੇ ਪੜਾਇਆ ਉਹਨਾਂ ਦੀ ਅੱਛੀ ਤਰਬੀਅਤ ਕੀਤੀ ਉਹਨਾਂ ਦੀ ਬੇਟੀ ਦਾ ਨਾਂ ਸੀ ਗੁਲਜ਼ਾਦੀ ਆਹਾ ਵਾਹ ਗੁਲਜ਼ਾਦੀ ਉਹਨਾਂ ਦੀ ਬੇਟੀ ਦਾ ਨਾਂ ਸੀਗਾ ਇੱਕ ਵਕਤ ਆਇਆ ਫਿਰ ਅਸੀਂ ਉਹਨਾਂ ਉਸ ਬੇਟੀ ਨੂੰ ਕਰਾਚੀ ਦੀ ਇੱਕ ਬਹੁਤ ਬੜੀ ਦਿਲ ਦੀ ਡਾਕਟਰ ਦੇਖਿਆ ਮਾਸ਼ਾਅੱਲਾ ਇੱਕ ਵਕਤ ਆਇਆ ਸੀ ਉਹਨਾਂ ਦੇ ਦੋਨਾਂ ਬੇਟਿਆਂ ਨੂੰ ਫਿਰ ਪਾਇਲਟ ਦੇਖਿਆ ਹੁਣ ਅਗਰ ਉਹ ਉੱਥੇ ਕਾਮਯਾਬ ਹੋ ਕੇ ਕਰਾਚੀ 'ਚ ਉਹਨਾਂ ਨੇ ਕੋਈ ਕਨਾਲ ਦੋ ਕਨਾਲ ਦਾ ਬੰਗਲਾ ਬਣਾ ਲਿਆ ਤੇ ਤੁਸੀਂ ਕਿੱਦਾਂ ਕਹਿ ਦੇਣਾ ਹੈ ਕਿ ਜੀ ਹਲਾਲ ਦੀ ਕਮਾਈ ਨਾਲ ਨਹੀਂ ਬਣਦਾ ਉਹਦੇ ਬਾਪ ਨੇ ਦਵਾਈਆਂ ਬਣਾ ਬਣਾ ਕੇ ਵੇਚ ਕੇ ਲੋਕਾਂ ਕੋਲੋਂ ਮੰਗ ਮੰਗ ਕੇ ਆਪਣੇ ਬੱਚੇ ਪੜ੍ਹਾਏ ਮਿਹਨਤਾਂ ਕਰਕੇ ਬੱਚੇ ਡਾਕਟਰ ਤੇ ਪਾਇਲਟ ਬਣੇ ਆ ਸਰ ਤੇ ਅੱਗੇ ਉਹ ਇਨਸਾਨੀਅਤ ਵਾਸਤੇ ਕਿਸੇ ਨਾ ਕਿਸੇ ਰਾਈ ਉਹਨਾਂ ਦਾ ਹਿੱਸਾ ਨਿਕਲਦਾ ਹੋਣਾ ਵਾਹ ਵਾਹ ਇਸ ਵਾਸਤੇ ਬਗੈਰ ਕਿਸੇ ਨੂੰ ਦੇਖਿਆ ਬਿਲਕੁਲ ਕਮੈਂਟ ਪਾਸ ਨਾ ਕਰੋ ਬਿਲਕੁਲ ਗਲਤ ਨਾ ਕਹੋ ਅੱਲਾਹ ਪਾਕ ਦਾ ਨਿਜ਼ਾਮ ਆ ਕਿਸੇ ਅੱਛੇ ਨੂੰ ਖਾਂਦੇ ਪੀਂਦੇ ਨੂੰ ਦੇਖ ਕੇ ਅੱਲਾਹ ਪਾਕ ਕੋ ਦੁਆ ਕਰੋ ਆਪਣੇ ਬੱਚਿਆਂ ਦੀ ਟ੍ਰੇਨਿੰਗ ਕਰੋ ਕਿ ਉਹ ਵੀ ਆਉਣ ਵਾਲੇ ਵਕਤ ਚ 10 20 ਸਾਲ ਬਾਅਦ ਇਸ ਮੁਆਸ਼ਰੇ ਵਾਸਤੇ ਵੱਡੇ ਲੋਕ ਵੱਡੇ ਡਾਕਟਰ ਵੱਡੇ ਇੰਜੀਨੀਅਰ ਵੱਡੇ ਮਤਲਬ ਕਿ ਸਿਆਸਤਦਾਨ ਜਾਂ ਜਿਹੜੀ ਜਿਹੜੀ ਵੀ ਫੀਲਡਾਂ ਨੇ ਉਹ ਚ ਵੱਡੇ ਨਾਮ ਪੈਦਾ ਕਰਨ। ਕੀ ਬਾਤ ਹੈ। ਆ ਵੇ ਹੋ ਭਰਾਵਾ ਮੈਨੂੰ ਮਾਫ ਕਰ ਦੇ। ਆ ਮੈਂ ਇਸ ਗੰਦੀ ਜ਼ੁਬਾਨ ਨੂੰ ਅੱਜ ਵੱਢ ਦੇਣਾ ਹੈ। ਕਿਉਂ? ਮੈਂ ਕਾਨੂੰਨ ਤੈਨੂੰ ਕਹਿ ਬੈਠਾਂ ਗਿਆ ਯਾਰ ਫੱਕਾ ਖਾਂਦਾ ਗੋਲੀਆਂ ਦਾ। ਹੈਂ? ਤੇਰੇ ਚ ਫੌਰੀ ਕੈਦ ਆਜ਼ਮ ਸਾਹਿਬ ਆ ਜਾਂਦੇ ਨੇ। ਕੈਦ ਆਜ਼ਮ ਸਾਹਿਬ ਤੇ ਸਾਈਡ ਤੇ ਹੁੰਦੇ ਨੇ ਤੇ ਲਾਮਾ ਕਬਾਲ ਸਾਹਿਬ ਆ ਜਾਂਦੇ ਨੇ। ਇਹ ਦੋਵਾਂ ਦਾ ਨੇ ਐਂਟਰੀ ਹੋਵੇ ਤੇ ਤੁਹਾਡੇ ਵਿੱਚ ਕੋਈ ਐਵੀਂ ਖੱਜੀ ਆ ਜਾਂਦੀ ਹੈ। ਐਦੀਆਂ ਗੱਲਾਂ, ਉਹਦੀਆਂ ਗੱਲਾਂ ਮੈਂ ਤੇ ਭਰਾਵਾ ਫਸ ਗਿਆ ਤੈਨੂੰ ਕਹਿ ਕੇ। ਤੂੰ ਤੇ ਸਾਰੀ ਵੀਡੀਓ ਮੇਰੇ ਤੇ ਕਰ ਦਿੱਤੀ ਆ ਕਿ ਸੜਨਾ ਨਹੀਂ ਚਾਹੀਦਾ ਮੈਂ ਸੜਿਆ ਗੱਲਾਂ ਕਰਨ ਨੇ ਮੈਨੂੰ ਤੁਖਦਿਆਂ ਦੇਖ ਲਿਆ ਤੂੰ ਭਾਈ ਤੇ ਨਾਲੇ ਅਗਲੀ ਵਾਰ ਵੀਡੀਓ ਦੇ ਵਿੱਚ ਮੇਰੇ ਨਾਲ ਕੁਰਸੀ ਚੇਂਜ ਕਰਨੀ ਆ ਕਿਉਂ ਪਹਿਲੀ ਵੀਡੀਓ 'ਚ ਮੈਨੂੰ ਮਰੀਜ਼ ਬਣਾਤਾ ਮੈਨੂੰ ਫੋਨ ਆਉਰੇ ਮੱਖੀ ਭਾਈ ਕੀ ਗੱਲ ਤਬੀਅਤ ਨੂੰ ਠੀਕ ਆ ਕੀ ਹੋਇਆ ਕੀ ਸੀ ਤੁਹਾਨੂੰ ਤੁਸੀਂ ਕਿਉਂ ਨਮਕ ਖਾ ਲਿਆ ਤੁਸੀਂ ਕਿਉਂ ਸਾਵਨਾ ਪੀ ਲਈ ਤੇ ਅੱਜ ਤੂੰ ਐਸੀ ਗੱਲ ਕਰ ਦਿੱਤੀ ਆ ਕਿ ਵੀਡੀਓ ਵੇਖ ਕੇ ਕਿਉਂ ਗੱਡੀ ਵਾਲਾ ਮੈਨੂੰ ਜੁੱਤੀਆਂ ਮਾਰਨ ਲੱਗ ਪਵੇ ਖੁਦਾ ਦਾ ਨਾਜਬ ਆ ਨਾ ਆਹ ਦੇਖੋ ਖੈਰ ਹੋਵੇ ਤੁਹਾਡੀ ਕਿਤੇ ਟੋਰਾ ਹੋਰ ਵੀ ਕਿਤੇ ਟੋੜ ਲਿਆ ਕਰੋ ਯੱਬ ਜਪਾਇਆ ਯਾਰ ਤੂੰ ਦੇ ਮੂੰਹ ਪਰ ਇਹਨੂੰ ਕਰ ਲਿਆ ਗੱਡੀਆਂ ਨੂੰ ਦੇਖਣੇ ਮੈਂ ਉਹ ਵੇਖਣ ਨੇ ਆ ਮੈਂ ਕਿਤੇ ਹੁਣ ਮੈਨੂੰ ਨਜ਼ਰ ਆਵੇ ਮੈਂ ਉਹਦੇ ਕੋਲ ਮਾਫੀ ਮੰਗਾ ਕੇ ਭਾਜੀ ਮੇਰੇ ਕੋ ਇੱਕ ਚਵਲ ਵੱਜ ਗਈ ਐ ਤੇ ਖੁਦਾ ਦਾ ਨਾਮ ਜ ਮੈਨੂੰ ਮਾਫੀ ਦੇ ਦਿਓ